दसवीं पातशाही श्री गुरु नानक देव जी दे 3 सितंबर नूं मनाए जाण वाले व्याह पूरब नूं लैके बटाला शहर ते गुरद्वारा श्री कम साहिब गुरद्वारा च हो रही तैयारियां अते इत्थों दियां सजावटां संगतां लई एक वखरा ही आकर्षण बन रही ने। हर साल की तरह इस साल भी यह पूरब 3 दिन तक जोड़ मेला ला के मनाया जाएगा। श्रोमणी गुरद्वारा प्रबंधक कमेटी वालों इस पूरब नूं मनाउण लई धार्मिक दीवान गुरद्वारा श्री कम साहिब गुरद्वारा श्री डेरा साहिब विखे शुरू हो चुके हैं अते प्रबंधकों वालों संगत लई खास लंगर तैयारियां कीतियां जा रही हैं अते संगत विच वड्डा उत्साह वेखण नूं मिल रहा है। उत्थे ही संगत दी महलूत, उत्थे ही संगत दी मोहलत, उत्थे ही संगत दी सहूलत लई कई विशेष प्रबंध कीते गए ने। ਬਾਬੇ ਦਾ ਵਿਆਹ ਵੀ ਖੁਸ਼ੀਆਂ ਦਾ ਕੰਮ ਹੈ। ਮਾਤਾ ਸਿਲਖਣੀ ਧੰਨ ਧੰਨ ਗੁਰੂ ਮਾਤਾ ਸਿਲਖਣੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਵਿਆਹ ਪੂਰਬ ਨੇ ਹੈਂ ਘਰ ਦੇ ਨਿਕੰਮਾ ਜਾਂ ਪੁੱਤ ਜੰਪੇ ਦੇ ਉਹਦੇ ਵਿਆਹ ਦੇ ਕਿੰਨਾ ਕਰੇ ਖਰਚਾ ਕਰੀ ਦੇ ਭਾਵੇਂ ਮਾਂ ਪਿਓ ਨੇ ਬਾਅਦ 'ਚ ਰੋਟੀ ਨਾ ਹੀ ਦੇਵੇ ਪੁੱਤਰੋ, ਪਰ ਇਹ ਸਾਡੇ ਬਾਪੂ ਦਾ ਵਿਆਹ ਹੈ, ਜਗਤ ਪਿਤਾ ਪਾਤਸ਼ਾਹ ਉਹਨਾਂ ਦੇ ਵਿਆਹ ਦੀ ਖੁਸ਼ੀਆਂ ਦੇ ਗੋਲ ਗੱਪੇ ਰਫਾਲੀ ਦੇ ਸੰਗਤ ਨੇ। ਕਿੰਨੇ ਦਿਨ ਚੱਲੂਗਾ? ਇਹ ਇੱਦਾਂ ਹੀ ਚੱਲਣਾ ਜੀ, ਜਿੰਨਾ ਕੁ ਸੰਗਤ ਲਵਾਈ ਜਾਊਗੀ ਲਾਈ ਜਾਣੀ, ਜਿੰਨਾ ਕੁ ਸੰਗਤ ਲਵਾਊਗੀ ਲਵਾਈ ਜਾਣੀ। 20-25 ਸਾਲ ਹੋ ਗਏ ਸਾਨੂੰ ਇਹ ਕੰਮ ਕਰਦੇ ਹਰ ਸਾਲ। ਕਿੱਥੇ ਲਾਉਂਦੇ ਇਹ ਲੰਗਰ? ਅੱਜ ਕੱਲ੍ਹ ਸਤਿਕਰਤਾਰੀਆਂ ਲਾਇਆ ਸੀ, ਅੱਜ ਕੰਨ ਸਾਹਿਬ, ਪਰਸੋਂ 28, ਕੱਲ੍ਹ ਡੇਰਾ ਸਾਹਿਬ ਲਾਉਣਾ, 2 ਤਰੀਕ ਨੂੰ ਉਮਰਪੁਰੇ ਲਾਉਣਾ, ਬਾਬੇ ਦੀ ਬਰਾਤ ਜਦੋਂ ਆਉਣੀ ਆ ਸੰਤਾਰਪੁਰ ਲੋਧੀ ਤੋਂ, ਉੱਥੇ ਫਿਰ ਛਕਾਉਣੇ ਸੰਗਤ। ਕਿੰਨੇ ਸਾਲ ਹੋ ਗਏ ਤੁਹਾਨੂੰ? 20-22 ਸਾਲ ਹੀ ਹੋ ਗਏ ਹੁਣ। ਉਸਦਾ ਤੁਹਾਡਾ ਕਿੱਤਾ ਵੀ ਇਹੋ ਹੀ? ਇਹੋ ਹੀ ਕਿੱਤਾ ਹੈ, ਇਹੋ ਹੀ ਕਿੱਤਾ ਜੀ, ਹੋਰ ਕੋਈ ਕਿੱਤਾ ਨਹੀਂ। ਮਤਲਬ ਬਾਬੇ ਦੇ ਵਿਆਹ ਦੀ ਉਡੀਕ ਰਹਿੰਦੀ ਹੈ? ਉਡੀਕ ਰਹਿੰਦੀ ਆ ਜੀ, ਉਡੀਕ ਰਹਿੰਦੀ ਆ। ਇਹ ਗੁਰੂ ਨਾਨਕ ਪਾਤਸ਼ਾਹ, ਮੈਂ ਤਾਂ ਇੱਕ ਗਰੀਬ ਜਿਹਾ ਬੰਦਾ ਸੀ, ਇਹਨੇ ਪਾਤਸ਼ਾਹ ਨੇ ਬੜਾ ਕੁਝ ਦਿੱਤਾ ਹੈ, ਹਾਂਜੀ, ਬਹੁਤ ਬੇਨਤੀ ਆ ਪਾਤਸ਼ਾਹ। ਮੈਂ ਗੁਰਿੰਦਰਪਾਲ ਸਿੰਘ ਗੋਰਾ, ਐਗਜੈਕਟਿਵ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀ ਸੰਗਤ ਨਾਲ ਫਤਿਹ ਦੀ ਸਾਂਝ ਪਾਉਂਦਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉੱਥੇ ਧੰਨ ਗੁਰੂ ਨਾਨਕ ਸਾਹਿਬ ਅਤੇ ਮਾਤਾ ਸਿਲਖਣੀ ਦੇ ਵਿਆਹ ਪੁਰਬ ਦੀ ਆਪਣੇ ਵੱਲੋਂ ਆਪਣੇ ਮੈਨੇਜਰ ਸਾਹਿਬਾਨ ਨੂੰ ਅਤੇ ਆਪਣੇ ਸਰਕਾਰਯੋਗ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਰਦਾਰ ਹਰਜਿੰਦਰ ਸਿੰਘ ਧਾਮੀ ਜੀ ਵੱਲੋਂ ਸਭ ਸੰਗਤਾਂ ਨੂੰ ਲੱਖ ਲੱਖ ਵਧਾਈ ਵੀ ਦੇਣਾ ਅਤੇ ਬਟਾਲੇ ਦੀ ਧਰਤੀ 'ਤੇ ਆਉਣ 'ਤੇ ਜੀ ਆਇਆਂ ਵੀ ਆ। ਇਹ ਬਾਬਾ ਜੀ ਦਾ ਵਿਆਹ ਪੁਰਬ ਜੋੜ ਮੇਲਾ ਧੰਨ ਗੁਰੂ ਨਾਨਕ ਸਾਹਿਬ ਦਾ ਮਨਾਇਆ ਜਾ ਰਿਹਾ। ਦੇਖੋ ਉਹਨਾਂ ਦੇ ਪਰਪਕਾਰ ਨੇ ਬਟਾਲੇ ਧਰਤੀ ਨੂੰ ਭਾਗ ਲਾਏ, ਅੱਜ ਤੋਂ 535 ਸਾਲ ਪਹਿਲਾਂ ਇਸ ਬਟਾਲੇ ਧਰਤੀ 'ਤੇ ਵਿਆਹੁਣ ਲਈ ਆਏ। ਅੱਜ ਸੰਗਤਾਂ ਉਸੇ ਤਰ੍ਹਾਂ ਆਉਂ ਮਨਾ ਰਹੀਆਂ ਵਿਆਹ ਨੂੰ ਜਿਵੇਂ ਬਾਬਾ ਜੀ ਕੱਲ੍ਹ ਇੱਥੋਂ ਹੋ ਕੇ ਗਏ ਨੇ। ਲੋਕਾਂ ਦੇ ਮਨ 'ਚ ਚਾਅ ਹੈ ਕਿ ਜਦੋਂ ਉੱਥੋਂ ਨਗਰ ਕੀਰਤਨ ਆਉਣਾ ਨਾ, ਜਿਹਨੂੰ ਲੋਕ ਕਹਿ ਦਿੰਦੇ ਨੇ ਬਿਠਾ ਦੇ, ਸੰਗਤ ਸਮਝਦੀ ਹੈ ਕਿ ਉਹਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਕਸ਼ਾਤ ਆਪ ਪ੍ਰਤੱਖ ਰੂਪ, ਕਿਉਂਕਿ ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਵਿੱਚ ਉਹਦੀ ਛਤਰ ਛਾਇਆ, ਅਤੇ ਉਹਦੇ 'ਚ ਬਾਣੀ ਗੁਰੂ ਨਾਨਕ ਸਾਹਿਬ ਦੀ ਹੈ, ਜਦੋਂ ਲੋਕ ਮੱਥਾ ਟੇਕਦੇ ਨੇ ਅਤੇ ਦਿਲ ਵਿੱਚ ਮਨ 'ਚ ਠੰਡ ਪੈਂਦੀ ਕਿ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਦਦਾਰ ਹੋ ਰਹੇ ਨੇ। ਉੱਥੇ ਤਿਆਰੀਆਂ ਦੀ ਗੱਲ ਜੇ ਕਰੀਏ ਤਾਂ ਸੰਗਤਾਂ 'ਚ ਇੰਨਾ ਉਤਸ਼ਾਹ ਹੈ, ਸੰਗਤਾਂ ਇਹ ਸਮਝਦੀਆਂ ਕਿ ਸਾਡੇ ਘਰ ਵਿੱਚ ਕੋਈ ਕਾਰਜ ਹੋਵੇ, ਵਿਆਹ ਹੋਵੇ, ਖੁਸ਼ੀ ਦਾ ਪ੍ਰੋਗਰਾਮ ਹੋਵੇ ਤਾਂ ਅਸੀਂ ਮਠਿਆਈਆਂ ਕੱਢਦੇ ਹਾਂ, ਜਾਵਾਂ ਅੱਜ ਗੁਣੇ ਕੱਢਦੇ ਹਾਂ। ਸੰਗਤ ਇਹਨੂੰ ਜੋੜ ਮੇਲੇ ਨੂੰ ਲੋਕ ਸੰਗਤਾਂ ਵਿੱਚ ਇੱਕ ਇਹੋ ਜਿਹਾ ਮਾਹੌਲ ਪੈਦਾ ਕਰਨਾ ਚਾਹੁੰਦੇ ਨੇ ਕਿ ਅਸੀਂ ਧੰਨ ਗੁਰੂ ਨਾਨਕ ਸਾਹਿਬ ਦੇ ਕੀਤੇ ਪਰਪਕਾਰਾਂ ਨੂੰ ਯਾਦ ਵੀ ਕਰਨਾ ਅਤੇ ਉਹਨਾਂ ਦੇ ਵਿਆਹ ਨੂੰ ਸਾਹਮਣੇ ਲਿਆਉਣਾ। ਹਾਂ, ਇਹ ਬੀਬੀਆਂ ਵੇਖੋ ਸੰਗਤ ਰੂਪ ਹੋ ਕੇ ਗੁਣੇ ਕੱਢ ਰਹੀਆਂ, ਗੁਣੇ ਜਿਹੜੇ ਨੇ ਕੋਈ ਇਹ ਨਹੀਂ ਕਿ ਕੋਈ ਵਿਖਾਵਾ ਕਰ ਰਹੀਆਂ, ਸੰਗਤ 'ਚ ਵੰਡਿਆ ਜਾਣਾ, ਲੰਗਰ 'ਚ ਵੰਡਿਆ ਜਾਣਾ ਪ੍ਰਸ਼ਾਦ, ਜਿਹਦੇ ਮੂੰਹ 'ਚ ਆਏਗਾ ਜਦੋਂ ਉਹਨੇ ਗੁਣਾ ਖਾਧਾ ਉਹਨੂੰ ਆਏਗਾ ਵਾਕਈ ਗੁਰੂ ਨਾਨਕ ਸਾਹਿਬ ਦਾ ਵਿਆਹ ਉਹਦੇ ਯਾਦ 'ਚ ਆਊਗਾ। ਇਸੇ ਤਰ੍ਹਾਂ ਸੰਗਤਾਂ ਵੱਖ ਵੱਖ ਤਰ੍ਹਾਂ ਦੀਆਂ ਸੇਵਾਵਾਂ ਕਰ ਰਹੀਆਂ, ਆਉਣ ਵਾਲੇ ਦਿਨਾਂ 'ਚ ਮੈਂ ਸਮਝਦਾ ਮਠਿਆਈਆਂ, ਸ਼ੱਕਰਵਾਰੇ, ਬੂੰਦੀ, ਜਲੇਬੀਆਂ, ਇਹ ਵਿਆਹਾਂ ਦਾ ਮਾਹੌਲ ਹੈ, ਸੰਗਤ ਨੇ ਬਣਾਉਣਾ ਅਤੇ ਸੰਗਤ ਜਿਹੜੀ ਬਹੁਤ ਵੱਡਾ ਇੱਕ ਮੈਂ ਸਮਝਣਾ ਸਹਿਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਦੇ ਰਹੀ ਹੈ ਔਰ ਸਭਾ ਸੁਸਾਇਟੀਆਂ ਦਾ ਹੀ ਧੰਨਵਾਦ ਵੀ ਕਰਦੇ ਹਾਂ ਕਿਉਂਕਿ ਵੱਡੇ ਕਾਰਜ ਨੇ। ਕਾਫੀ ਵੱਡਾ ਉਤਸ਼ਾਹ ਦੇਖਣ ਨੂੰ ਮਿਲਦਾ ਬਟਾਲੇ ਦੇ ਲੋਕ ਵੀ ਜਿਹੜੇ ਆਪਣੇ ਤੌਰ ਤੇ ਵੀ ਲੰਗਰ ਲਗਾ ਰਹੇ ਨੇ। ਮੈਂ ਤੁਸੀਂ ਆਪਾਂ ਹੁਣ ਆਉਣ ਵਾਲੇ ਦਿਨ ਸਤਿਕਾਰ ਮੈਂ ਤੁਹਾਡੇ ਰਾਹੀਂ ਮਾਧਿਅਮ ਰਾਹੀਂ ਤੁਹਾਡੇ ਬੇਨਤੀ ਕਰਨੀ ਚਾਹੁੰਦਾ ਕਿ ਲੋਕਾਂ 'ਚ ਸ਼ਰਧਾ ਹੀ ਬੜੀ ਹੈ, ਕਿਤੇ ਫਰੂਟ ਦੇ ਲੰਗਰ, ਕਿਤੇ ਪਕਵਾਨ ਵੱਖ ਵੱਖ ਤਰ੍ਹਾਂ ਦੇ, ਕੋਈ ਇੱਥੋਂ ਤੱਕ ਸੀਮਤ ਨਹੀਂ ਗਾ, ਕਿੱਲਾ ਲੰਗਰ ਹੀ ਖਵਾਉਣਾ ਸੰਗਤ ਨੂੰ, ਫਰੂਟ, ਜਲੇਬੀਆਂ, ਆਹ ਜਿਵੇਂ ਥੱਲੇ ਵੇਖੋ ਹੁਣ ਅੱਜ ਜੋੜਾ ਘਰ ਦੇ ਵਿੱਚ ਉਹ ਗੋਲਗੱਪੇ ਲਾ ਕੇ ਬੈਠਾ ਹੈ ਕਿਸੇ ਨੇ, ਮੇਰੀ ਭਾਵਨਾ ਉਹਦੀ ਬੀਬੀਆਂ ਗੁਣੇ ਕੱਢ ਰਹੀਆਂ। ਇਹ ਗੁਰੂ ਕੋਲੋਂ ਰਹਿਮਤ ਲੈਣ ਲਈ, ਗੁਰੂ ਕੋਲੋਂ ਸੀਸ ਲੈਣ ਲਈ, ਗੁਰੂ ਨਾਨਕ ਸਾਹਿਬ ਦੇ ਪਰਪਕਰਾਂ ਨੂੰ ਯਾਦ ਕਰਨ ਲਈ, ਉਹਨਾਂ ਦਾ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਉਹ ਆਪਣਾ ਦਸਵੰਧ ਕੱਢਣ ਲਈ, ਅਤੇ ਨਾਲ ਨਾਲ ਜਿਹੜਾ ਉਹਨਾਂ ਕਿਹਾ ਸੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਬੜਾ ਸਰਬੱਤ ਦੇ ਭਲੇ ਦੀ ਵੀ ਇਹ ਗੱਲ ਹੈ,
मनुखता एक स्नेह है, ये सांझी वालता का प्रतीक गुरु नानक साहब का स्थान है। और रल के दर्शन दार करके गुरु दियां शीशां लईए और 535 साल पहला जिहड़ा गुरु नानक साहब ने इत्थों अपना ग्रिस्त शुरू किया सी, आपां उहनां दे परपकारां नूं याद करके उह जिहा ग्रिस्त धारण करिए। चक्कर पारे बूंदी जलेबियां निकलदियां ने, सारा दिन इहो प्रोग्राम चलदा। Thank you.